ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੁੰਡਿਆਂ ਦੇ ਹੌਸਲੇ ਇੰਨੇ ਬੁਲੰਦ ਨੇ ਕਿ ਉਹ ਪੁਲਿਸ ਚੌਕੀ ਦੇ ਬਾਹਰ ਬੰਦਾ ਮਾਰਨਾ ਗੁਰੇਜ਼ ਨਹੀਂ ਕਰਦੇ। ਮਾਮਲਾ ਸੰਗਰੂਰ ਦੇ ਸੁਨਾਮ ਦਾ ਹੈ, ਜਿੱਥੋਂ ਸੀਸੀਟੀਵੀ ਤਸਵੀਰਾਂ 'ਚ ਸਾਫ਼ ਦੇਖ ਸਕਦੇ ਹੋ ਕਿਸ ਤਰ੍ਹਾਂ ਤਿੰਨ ਵਿਅਕਤੀ ਵੀਡੀਓ 'ਚ ਜਾਂਦੇ ਦਿਖਾਈ ਦੇ ਰਹੇ ਨੇ, ਉਹ ਵੀ ਸੁਨਾਮ ਰੇਲਵੇ ਸਟੇਸ਼ਨ ਦੀ ਪੁਲਿਸ ਚੌਂਕੀ 'ਚ, ਕਿਉਂਕਿ ਇਹ ਵਿਵਾਦ ਮੋਟਰਸਾਈਕਲ ਸਟੈਂਡ ਦੇ ਕਰਿੰਦੇ ਅਤੇ ਇਸ ਵਿਅਕਤੀ ਦੇ ਵਿਚਕਾਰ ਸੀ। ਅਣਜਾਣ ਵਿਅਕਤੀ ਨੇ ਨਜਾਇਜ਼ ਤੌਰ 'ਤੇ ਸਟੈਂਡ 'ਚੋਂ ਮੋਟਰਸਾਈਕਲ ਜਾਣ ਦੀ ਮੰਗ ਕੀਤੀ ਅਤੇ ਜਦੋਂ ਸਟੈਂਡ ਦੇ ਠੇਕੇਦਾਰ ਵਿਸ਼ਾਲ ਕੁਮਾਰ ਨੇ ਇਸਦਾ ਵਿਰੋਧ ਕੀਤਾ ਅਤੇ ਵਿਅਕਤੀ ਨੂੰ ਸਾਹਮਣੇ ਪੁਲਿਸ ਚੌਂਕੀ 'ਚ ਲਿਜਾਉਣ ਦੀ ਕੋਸ਼ਿਸ਼ ਕੀਤੀ, ਪਰ ਇਸ ਸ਼ਖਸ ਨੇ ਠੇਕੇਦਾਰ ਦੀ ਗਰਦਨ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਫਰਾਰ ਹੋ ਗਿਆ। ਇਸ ਠੇਕੇਦਾਰ ਦੀ ਮੌਤ ਹੋ ਗਈ। ਉੱਧਰ ਪੀੜਤ ਪਰਿਵਾਰ ਨੇ ਪੁਲਿਸ 'ਤੇ ਗੰਭੀਰ ਇਲਜ਼ਾਮ ਲਗਾਏ ਅਤੇ ਸੁਨਾਮ ਦੇ ਰੇਲਵੇ ਸਟੇਸ਼ਨ ਦੇ ਬਾਹਰ ਹੀ ਧਰਨਾ ਦੇ ਦਿੱਤਾ। ਸਾਡਾ ਭਰਾ ਸਰੇਆਮ ਮਾਰਤਾ ਜੀ ਗੁੰਡੇ ਨੇ, ਸਾਡਾ ਬੰਦਾ ਫੜੋ, ਕੁੰਨੀ ਫੜੋ, ਇਨਸਾਫ ਦੋ। ਕੋਈ ਚੀਜ਼ ਅੜਪੀ ਦਾ ਬੰਦਾ ਨਹੀਂ ਆਇਆ, ਮਾਮਲਾ ਜੀ ਆਰ ਪੀ ਦੇ ਅਧੀਨ ਹੋਣ ਕਰਕੇ ਸੁਨਾਮ ਪੁਲਿਸ ਰੇਲਵੇ ਪੁਲਿਸ ਨੂੰ ਸਹਿਯੋਗ ਦੀ ਗੱਲ ਆਖ ਰਹੀ ਹੈ ਕਿ ਉੱਧਰ ਜੀ ਆਰ ਪੀ ਦੇ ਐਸ ਐਚ ਓ ਨੇ ਦੱਸਿਆ ਕਿ ਨਾਮਾਲੂਮ ਵਿਅਕਤੀ ਤੇ ਪਰਚਾ ਦਰਜ ਕਰ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇੱਕ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ। ਸਰ ਇੱਥੇ ਕਤਲ ਹੋਇਆ ਜੀ ਕੱਲ੍ਹ ਸ਼ਾਮੀ, ਉਹ ਜਿਹਨਾਂ ਦੀ ਬਾਅਦ ਵਿੱਚ ਪਹਿਲਾਂ ਇੱਥੇ ਕਿਰਚ ਵਗੈਰਾ ਮਾਰਤੀ ਹੈ ਉਹਨਾਂ ਨੂੰ, ਅਤੇ ਉਹਦਾ ਦੀ ਪਟਿਆਲੇ ਜਾ ਕੇ ਅਮਰ ਹੋਸਪਿਟਲ 'ਚ ਮੌਤ ਹੋ ਗਈ, ਜਿਹਦੇ ਖਿਲਾਫ਼ ਅਨਨੋਨ ਵਿਅਕਤੀ ਦੇ ਖਿਲਾਫ਼ 302 ਦਾ ਮੁਕੱਦਮਾ ਦਰਜ ਕਰ ਦਿੱਤਾ, ਜਿਹੜੀ ਲਾਸ਼ ਪੋਸਟਮਾਰਟਮ ਕਰਕੇ ਅੱਗੇ ਲਈ ਕਾਰਵਾਈ ਜਿਹੜੀ ਜਾਂਚ ਸ਼ੁਰੂ ਕੀਤੀ ਗਈ ਹੈ। ਇਹ ਜੀ ਆਰ ਪੀ ਦੇ ਜਿਹੜੇ ਅਸਾਲਟ ਪੁਲਿਸ ਦੇ ਐਚ ਸੀ ਰਕਿੰਦਰ ਸਿੰਘ ਹੈ, ਉਹਨਾਂ ਦੀ ਨਗੈਲੀ ਕਹਿੰਦੇ ਵੀ ਉਹਨਾਂ ਨਗੈਲੀ ਨਾਲ ਬੰਦਾ ਭੱਜ ਗਿਆ ਅਤੇ ਉਹਨਾਂ ਨੇ ਮੱਦੇਨਜ਼ਰ ਕੀਤੀ ਜਿਹਨੂੰ ਸਸਪੈਂਡ ਕੀਤਾ ਜਾ। ਸ਼ਹਿਰ ਸੁਨਾਮ ਵਾਰਦਾਤਾਂ ਦਾ ਅੱਡਾ ਬਣਦਾ ਜਾ ਰਿਹਾ। ਕੁਝ ਦਿਨ ਪਹਿਲਾਂ ਵੀ ਦੋ ਧਿਰਾਂ 'ਚ ਖੂਬ ਲੜਾਈ ਹੋਈ ਸੀ, ਜਿਸ 'ਚ ਗੋਲੀਬਾਰੀ ਵੀ ਹੋਈ ਸੀ ਅਤੇ ਪੁਲਿਸ ਵੱਲੋਂ ਸ਼ਹਿਰ 'ਚ ਸੀਸੀਟੀਵੀ ਲਗਾਉਣ ਦਾ ਦਾਅਵਾ ਕੀਤਾ ਜਾਂਦਾ, ਪਰ ਪੁਲਿਸ ਜੇਕਰ ਪਹੁੰਚਦੀ ਹੈ ਤਾਂ ਉਹ ਵੀ ਘਟਨਾ ਤੋਂ ਬਾਅਦ ਅਤੇ ਉਹ ਵੀ ਸਿਰਫ ਜਾਇਜ਼ਾ ਲੈਣ ਦੇ ਲਈ। ਸੋ ਜ਼ਰੂਰਤ ਹੈ ਗਲਤ ਅੰਸਰਾਂ 'ਤੇ ਠੱਲ ਪਾਉਣ ਲਈ। ਬਿਊਰੋ ਰਿਪੋਰਟ, ਪੰਜਾਬੀ ਟੀਵੀ।